ਪਠਾਨਕੋਟ ਵਿੱਚ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਡੀਜੀ ਕੰਪਲੈਕਸ ਵਿੱਚ ਜਲ ਸਰੋਤ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰ ਹੜ੍ਹ ਨਾਲ ਨਿਪਟਣ ਲਈ ਕੀਤੇ ਗਏ ਪ੍ਰਬੰਧਾਂ ਦੇ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਜ ਦਰਿਆ ਦੇ ਇਰਦ ਗਿਰਦ ਵਸੇ ਪਿੰਡਾਂ ਵਿੱਚ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਉਹ ਪਿੰਡ ਨੇ ਜੋ ਕਿ ਹਰ ਸਾਲ ਹੜ੍ਹ ਦੀ ਲਪੇਟ ਵਿੱਚ ਆਉਂਦੇ ਹਨ, ਜਿਸ ਤੋਂ ਬਾਅਦ ਲੋਕਾਂ ਨੂੰ ਰਾਹਤ ਦੇਣ ਲਈ 8-8 ਪਿੰਡਾਂ ਦੇ ਕਲਸਟਰ ਬਣਾਏ ਅਤੇ ਅਧਿਕਾਰੀਆਂ ਨੂੰ ਇੰਚਾਰਜ ਲਗਾਇਆ ਗਿਆ। ਸੋ ਲਗਾਤਾਰ ਪੰਜਾਬ ਦੇ ਅੰਦਰ ਸਮੁੱਚੇ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਮੈਦਾਨੀ ਏਰੀਆ ਜਿੱਥੇ ਪਹਾੜੀ ਇਲਾਕਿਆਂ ਦਾ ਪਾਣੀ ਅਕਸਰ ਬਰਸਾਤ ਦੇ ਵੇਲੇ ਆਉਂਦਾ ਔਰ ਕਈ ਇਲਾਕੇ ਜਿਹੜੇ ਆ ਉਹ ਤੋਂ ਪ੍ਰਭਾਵਿਤ ਹੁੰਦੇ ਆ। ਸੋ ਸਾਡਾ ਜਿਹੜਾ ਪਠਾਨਕੋਟ ਡਿਸਟ੍ਰਿਕਟ ਹੈ ਇਹਦੇ ਅੰਦਰ ਖਾਸ ਤੌਰ 'ਤੇ ਜਿਹੜਾ ਉਜ ਦਾ ਦਰਿਆ ਆ ਔਰ ਜ਼ਿਆਦਾ ਪਾਣੀ ਹੋਣ ਕਰਕੇ ਫਿਰ ਰਾਵੀ 'ਚ ਵੀ ਕਈ ਵਾਰ ਛੱਡਿਆ ਜਾਂਦਾ ਅਤੇ ਨਾਲ ਦੀ ਨਾਲ ਜਿਹੜਾ ਸਾਡਾ ਚੱਕੀ ਹੈ ਜਿਹੜਾ ਹਿਮਾਚਲ ਦੇ ਔਰ ਪੰਜਾਬ ਦੇ ਦਰਮਿਆਨ ਚੱਕੀ ਦਰਿਆ ਆ। ਸੋ ਇਹਨੂੰ ਸਾਰੀ ਸਥਿਤੀ ਨੂੰ ਕਿਵੇਂ ਕਵਰ ਕਰਨਾ ਆਉਣ ਵਾਲੇ ਦਿਨਾਂ 'ਚ ਜਿਸ ਸੰਭਾਵਨਾ ਬਣਦੀ ਹੈ, ਸੋ ਉਹਦੇ ਲਈ ਜਿਹੜੇ ਪ੍ਰਬੰਧ ਕੀਤੇ ਆ ਉਹਨਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਲਈ ਅੱਜ ਇੱਥੇ ਮੀਟਿੰਗ ਕੀਤੀ ਹੈ। ਸੋ ਲਗਾਤਾਰ ਉਹ ਪਿੰਡ ਵੀ ਡਿਮਾਰਕੇਸ਼ਨ ਕੀਤੀ ਉਹਨਾਂ ਪਿੰਡਾਂ ਦੀ ਜਿੱਥੇ ਹੜ੍ਹ ਆਉਣ ਦੀ ਸੰਭਾਵਨਾ ਹੁੰਦੀ ਹੈ। ਰੂਟੀਨ 'ਚ ਆਪਾਂ ਕਹਿ ਸਕਦੇ ਹਾਂ ਜਿਸ ਤਰ੍ਹਾਂ ਉਜ ਦੇ ਪਾਣੀ ਦਾ ਜਿਹਨਾਂ ਪਿੰਡਾਂ ਦੇ ਅੰਦਰ ਸਿੱਧਾ ਟਕਰਾਅ ਹੁੰਦਾ, ਪਹਾੜੀਪੁਰ ਦਾ ਸਵਾਲ ਹੈ, ਜੈਦਪੁਰ ਦਾ ਸਵਾਲ ਹੈ, ਸਮਰਾਲੇ ਦਾ ਸਵਾਲ ਹੈ, ਬਮਿਆਲ ਦਾ ਸਵਾਲ ਹੈ, ਅਤੇ ਇਸ ਤੋਂ ਪਾਰ ਜਿਹੜੇ ਉਜ ਦੇ ਪਾਰ ਪਿੰਡ ਨੇ ਸਰੋਟਾ ਆ ਜਾਂ ਦੋਸਤਪੁਰ ਵਗੈਰਾ ਆ, ਜਿੱਥੇ ਪਿਛਲੇ ਸਾਲ ਉਜ ਦੇ ਪਾਣੀ ਨੇ ਮਤਲਬ ਜਿਹੜਾ ਉਹ ਕਾਫੀ ਨੁਕਸਾਨ ਕੀਤਾ ਸੀਗਾ। ਸੋ ਉਹ ਉਹਨਾਂ ਸਾਰੇ ਜਿਹੜੇ ਉਹ ਏਰੀਏ ਆ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਸੋ ਉੱਥੇ ਜਿਹੜੇ ਲੋੜੀਂਦੇ ਪ੍ਰਬੰਧ ਨੇ ਉਹਦੀਆਂ ਹੁਣੇ ਤਿਆਰੀਆਂ ਕਰ ਲਈਆਂ ਨੇ ਸਾਡਾ ਆਰਮੀ ਦੇ ਨਾਲ ਔਰ BSF ਦੇ ਨਾਲ। ਉਹ ਇੱਕ ਬੜੇ ਬੈਟਰ ਕੋਆਰਡੀਨੇਸ਼ਨ ਹੈ, ਉਹਨਾਂ ਦੀ ਮੀਟਿੰਗ ਵੀ ਹੋ ਗਈ ਹੈ, ਸੋ ਅੱਜ ਮੈਂ ਵੀ ਮੀਟਿੰਗ ਕੀਤੀ ਹੈ। ਸੋ ਥੱਲੇ ਕੰਮ ਵੰਡ ਕੀਤੇ ਗਏ ਆ, 8-8, 10-10 ਪਿੰਡਾਂ ਦੇ ਕਲਸਟਰ ਬਣਾ ਕੇ ਇੱਕ ਕਲਸਟਰ ਦਾ BDPO ਸਾਹਿਬ ਨੂੰ, ਤਹਿਸੀਲਦਾਰ ਸਾਹਿਬ ਨੂੰ, ਇਸ ਕਿਸਮ ਦੇ ਜਿਹੜੇ ਵੀ ਸਾਡੇ ਅਧਿਕਾਰੀ ਸਮਾਨ ਆ ਉਹਨਾਂ ਨੂੰ ਇੰਚਾਰਜ ਲਾਇਆ ਗਿਆ। ਸੋ ਹਰੇਕ ਇਲਾਕੇ ਦੇ ਅੰਦਰ ਇੱਕ ਅਸੀਂ ਜਿਹੜਾ ਆ ਉਹ ਲੋੜੀਂਦਾ ਸਮਾਨ ਉਸ ਵੇਲੇ ਜਿਵੇਂ ਲਾਈਫ ਜੈਕਟ ਦਾ ਸਵਾਲ ਹੈ ਜਾਂ ਹੋਰ ਵੀ ਇੱਕ ਕਿੱਟ ਅਸੀਂ ਬਣਾਈ ਹੈ, ਤੁਸੀਂ ਦੇਖੀ ਹੈ, ਜਿਹਦੇ ਵਿੱਚ ਟਾਰਚ ਹੈ, ਜਿਹਦੇ ਵਿੱਚ ਕਟਰ ਹੈ, ਜਿਹਦੇ ਵਿੱਚ ਮਤਲਬ ਤਰ੍ਹਾਂ ਤਰ੍ਹਾਂ ਦੇ ਸਮਾਨ ਜਿਹੜੇ ਹੜ੍ਹ ਨੂੰ ਜਦੋਂ ਵਿੱਚ ਕਿਸੇ ਨੇ ਜਾਣਾ ਤਾਂ ਉੱਥੇ ਉਹਦੀ ਲੋੜ ਹੁੰਦੀ ਹੈ। ਸੋ ਉਹ ਕਿੱਟਾਂ ਵੀ ਬਕਾਇਦਾ ਅਸੀਂ ਤਿਆਰ ਕਰ ਲਈਆਂ ਨੇ। ਮੈਂ ਪਠਾਨਕੋਟ ਜ਼ਿਲ੍ਹੇ ਦੇ ਵਾਸੀਆਂ ਨੂੰ ਜ਼ਰੂਰ ਇਹ ਬੇਨਤੀ ਕਰਾਂਗਾ ਵੀ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਡਰਨ ਦੀ ਲੋੜ ਨਹੀਂ, ਅਸੀਂ ਪੂਰੇ ਪ੍ਰਬੰਧ ਕੀਤੇ ਆ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਮੁੱਚੇ ਪੰਜਾਬ ਦੇ ਅੰਦਰ ਹੜ੍ਹਾਂ ਨਾਲ ਨਜਿੱਠਣ ਦੇ ਲਈ ਸਰਕਾਰ ਨੇ ਸਾਰੇ ਪ੍ਰਬੰਧ ਕੀਤੇ ਆ ਔਰ ਅਸੀਂ ਵੈਸੇ ਤਾਂ ਦੁਆ ਕਰਦੇ ਹਾਂ ਕੁਦਰਤ ਇਸ ਕਿਸਮ ਦੇ ਹੜ੍ਹਾਂ ਤੋਂ ਬਚਾ ਕੇ ਰੱਖੇ, ਪਰ ਫਿਰ ਵੀ ਕਿਉਂਕਿ ਕੁਦਰਤ ਦਾ ਇੱਕ ਆਪਣਾ ਸਟਾਈਲ ਹੈ, ਜੇ ਕਿਤੇ ਇਸ ਕਿਸਮ ਦੀ ਸਥਿਤੀ ਬਣਦੀ ਹੈ ਤਾਂ ਅਸੀਂ ਫਿਰ ਉਹ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਦਾ ਆਰਜ਼ੀ ਪ੍ਰਬੰਧ ਵੀ ਕੀਤੇ ਆ, ਜਿਵੇਂ ਖੋਜ ਕੇ ਚੱਕ ਸਕੂਲ 'ਚ ਕੀਤਾ, ਕਤਲੌਰ ਸਕੂਲ 'ਚ ਕੀਤਾ, ਨੋੜ ਜਮਨ ਸਿੰਘ ਸਕੂਲ 'ਚ ਕੀਤਾ, ਕੌਂਤਰਪੁਰ ਸਕੂਲ 'ਚ ਕੀਤਾ ਆ, ਧਾਰ ਵਾਲੇ ਪਾਸੇ ਕੀਤਾ, ਫਿਰੋਜ਼ਪੁਰ ਕਲਾਂ ਸਕੂਲ 'ਚ ਕੀਤਾ ਆ। ਸੋ ਵੱਖ ਵੱਖ ਕੋਈ ਅਸੀਂ ਲਗਭਗ ਦਰਜਨ ਤੋਂ ਵੱਧ ਥਾਵਾਂ ਇੱਦਾਂ ਦੀਆਂ ਨੇ ਜਿਹੜੀਆਂ ਅਸੀਂ ਮਤਲਬ ਆਰਜ਼ੀ ਪ੍ਰਬੰਧ ਜਿੱਥੇ ਕੀਤੇ ਆ ਉੱਥੇ ਬਕਾਇਦਾ ਉਹਨਾਂ ਸਕੂਲਾਂ ਦੇ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਜਾਂ ਹੋਰ ਜਿਹੜਾ ਉਹਨਾਂ ਦੇ ਨਾਲ ਇੱਕ ਟੀਮ ਬਣਾ ਦਿੱਤੀ ਗਈ ਆ ਜਿਹੜੀ ਹਰ ਸਥਿਤੀ ਦੇ ਉੱਤੇ ਮਤਲਬ ਲੋਕਾਂ ਦੀ ਮਦਦ ਕਰੂਗੀ। ਸੋ ਅਸੀਂ ਲੋਕਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਵੀ ਅਸੀਂ ਪੂਰੀ ਤਰ੍ਹਾਂ ਮੁਸਤੈਦ ਹੈਗੇ ਹਾਂ ਔਰ ਕਿਸੇ ਵੀ ਤਰ੍ਹਾਂ ਦੀ ਸਥਿਤੀ ਦਾ ਟਾਕਰਾ ਕਰਨ ਲਈ ਸਾਡਾ ਡਿਸਟ੍ਰਿਕਟ ਪ੍ਰਸ਼ਾਸਨ ਪੂਰੀ ਤਿਆਰੀ ਕਰ ਰਿਹਾ ਔਰ ਅਸੀਂ ਬਕਾਇਦਾ ਵਟਸਐਪ ਗਰੁੱਪ ਵੀ ਬਣਾਏ ਆ। ਜਦੋਂ ਕਦੀ ਸਾਨੂੰ ਇਸ ਕਿਸਮ ਦੀ ਸੂਚਨਾ ਮਿਲਦੀ ਹੈ
ਕਿ ਉੱਪਰਲੀਆਂ ਡੈਮਾਂ 'ਤੇ ਪਾਣੀ ਜ਼ਿਆਦਾ ਆ ਗਿਆ, ਇੰਨਾ ਪਾਣੀ ਉਹ ਸੱਡ ਰਿਹਾ, ਵੈਸੇ ਤਾਂ ਐਡਵਾਂਸ ਹੀ ਦੱਸਣਗੇ, ਅਤੇ ਉਹ ਇਮੀਜੀਏਟਲੀ ਅਸੀਂ ਗਰੁੱਪਾਂ 'ਚ ਪਾ ਦਿਆਂਗੇ ਵੀ ਇਸ ਇਲਾਕੇ ਦੇ ਅੰਦਰ ਪਾਣੀ ਜਿਹੜਾ ਛੱਡਿਆ ਜਾਣਾ। ਸੋ ਉਸ ਇਲਾਕੇ ਦੇ ਲੋਕਾਂ ਨੂੰ ਚੌਕਸ ਵੀ ਕਰਾਂਗੇ, ਅਤੇ ਜਿਹੜੀਆਂ ਪਿੰਡਾਂ ਦੇ ਅੰਦਰ ਕਮੇਟੀਆਂ ਬਣੀਆਂ ਨੇ, ਮਤਲਬ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਬਣੀਆਂ ਨੇ, ਉਹਨਾਂ ਕਮੇਟੀਆਂ ਨੂੰ ਵੀ ਬਕਾਇਦਾ ਅਸੀਂ ਉਹਨਾਂ ਦੇ ਨਾਲ ਸਾਡੀ ਕੋਆਰਡੀਨੇਸ਼ਨ ਬੜੀ ਪ੍ਰੋਪਰ ਚੱਲ ਰਹੀ ਹੈ। ਸੋ ਸਾਰੇ ਪ੍ਰਬੰਧ ਅਸੀਂ ਕੀਤੇ ਆ, ਕਿਸੇ ਵੀ ਤਰ੍ਹਾਂ ਦੀ ਸਥਿਤੀ ਹੋਵੇ। ਸੋ ਮੈਨੂੰ ਲੱਗਦਾ ਆ ਕਿ ਅਸੀਂ ਅਤੀਤ ਤੋਂ ਜਿਹੜਾ ਲੋਕਾਂ ਦਾ ਨੁਕਸਾਨ ਹੁੰਦਾ ਰਿਹਾ ਸੀ, ਜਿਹੜੇ ਹੜ੍ਹ ਜਦੋਂ ਆਉਂਦੇ ਸਨ, ਜਾਨੀ ਮਾਲੀ ਨੁਕਸਾਨ ਜਾਂ ਫਸਲਾਂ ਦਾ ਨੁਕਸਾਨ ਹੁੰਦਾ ਰਿਹਾ ਸੀ, ਵੈਸੇ ਤਾਂ ਮੈਂ ਫਿਰ ਦੁਬਾਰਾ ਕਹਿ ਰਿਹਾ ਵੀ ਕੁਦਰਤ ਮਿਹਰਬਾਨੀ ਰੱਖੇ, ਪਰ ਜੇ ਕਿਤੇ ਸਥਿਤੀ ਬਣਦੀ ਆ ਤਾਂ ਉਹ ਸਥਿਤੀ ਦਾ ਪੂਰੀ ਤਰ੍ਹਾਂ ਅਸੀਂ ਮੁਲਾਂਕਣਾਂ 'ਚ ਕੀਤਾ, ਔਰ ਉਹਦੇ ਲਈ ਜਿਹੜੀਆਂ ਲੋੜੀਂਦੀਆਂ ਸਾਡੀ ਰਿਕੁਆਇਰਮੈਂਟ ਹੈ, ਲੋੜਾਂ ਨੇ, ਉਹ ਵੀ ਅਸੀਂ ਪੂਰੀਆਂ ਕਰ ਲਈਆਂ ਨੇ। ਸੋ ਇਹਦੇ ਲਈ ਸਾਰਾ ਅਸੀਂ ਇੰਤਜ਼ਾਮ ਕੀਤਾ। ਇਸ ਦੌਰਾਨ ਪਿੰਡ ਵਾਸੀਆਂ ਨੂੰ ਲਾਈਫ ਸੇਵਰ ਕਿੱਟ ਵੰਡੀਆਂ ਗਈਆਂ ਅਤੇ ਅਸਥਾਈ ਰਿਹਾਇਸ਼ ਦਾ ਪ੍ਰਬੰਧ ਸਰਕਾਰੀ ITI ਅਤੇ ਸਰਕਾਰੀ ਸਕੂਲਾਂ ਵਿੱਚ ਕੀਤਾ ਗਿਆ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਦੱਸਿਆ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ NDRF ਭਾਰਤੀ ਸੈਨਾ ਪੁਲਿਸ ਵੀ ਸਹਿਯੋਗ ਦੇ ਰਹੀ ਹੈ। ਉਹਨਾਂ ਨੇ ਦੱਸਿਆ ਕਿ ਲੋਕਾਂ ਲਈ ਤਰਪਾਲਾਂ ਅਤੇ ਪਸ਼ੂਆਂ ਲਈ ਚਾਰੇ ਦਾ ਪੂਰਾ ਪ੍ਰਬੰਧ ਅਗੇਤਾ ਹੀ ਕਰ ਰੱਖਿਆ ਹੈ ਤਾਂ ਜੋ ਸਮੇਂ ਵਿੱਚ ਲੋਕਾਂ ਤੱਕ ਮਦਦ ਪਹੁੰਚਾਈ ਜਾ ਸਕੇ। ਬਿਊਰੋ ਰਿਪੋਰਟ, ਜਗਬਾਣੀ TV।